पहला गज के पते बुलावा को बेअंत संगत बाबा जी ने एक संदे दे उपर संत बाबा गुरजीत सिंह जी मुखी नानक सरक लेना बाबा जी ने मन च फरमा बनता है भी क्यों ना इतनी दिवाली झोरना दमदमा साहब मनाई जाए। इस अस्थान नाल आपां देखिया ही है किन्ना गूढ़ा प्यार ते होवे भी क्यों ना भाई ਇਹ ਸਾਡੇ ਦਾਦਾ ਗੁਰੂ ਦੀ ਜਗ੍ਹਾ ਹੈ। ਧੰਨ ਬਾਬਾ ਈਸ਼ਰ ਸਿੰਘ ਜੀ ਸਾਡੇ ਦਾਦਾ ਗੁਰੂ ਹਨ। ਸਾਡੇ ਗੁਰਦੇਵ ਪਿਤਾ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਨੇ ਇਹ ਅਸਥਾਨ ਨੂੰ ਚਾਰ ਚੰਨ ਲਾਏ ਹੈ, ਸੋਨੇ ਦੇ ਕਲਸ਼ ਚੜ੍ਹਾਏ, ਝੋਲਣਾ ਲੰਗਰ ਵਿੱਚ ਕੋਈ ਕਮੀ ਨਹੀਂ ਛੱਡੀ। ਇਥੋਂ ਤੱਕ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਬਚਨ ਹੈ, ਕਹਿੰਦੇ ਬਾਬਾ ਜੀ ਨਾ ਸਰੋਵਰ ਦੀ ਪਰਿਕਰਮਾ ਤੇ ਪੱਥਰ ਲਵਾ ਰਹੇ ਸੀ ਤੇ ਕਿਸੇ ਸੰਗੀ ਨੇ ਆ ਕੇ ਬਾਬਾ ਜੀ ਨੂੰ ਗੱਲ ਕੀਤੀ ਹੋਰ ਹਿਸਾਬ ਨਾਲ। ਉਹ ਕਿਸੇ ਹੋਰ ਦਾ ਸੇਵਕ ਸੀ, ਆ ਕੇ ਕਹਿੰਦਾ ਕਿ ਬੜਾ ਮਹਿੰਗਾ ਪੱਥਰ ਬਾਬਾ ਹੈ, ਕੋਈ ਖਜ਼ਾਨਾ ਕੁਝ ਨਾ ਹੱਥ ਲੱਗ। ਬਾਬਾ ਜੀ ਕਹਿੰਦੇ ਹਾਂ ਭਾਈ, ਸਾਡੇ ਕੋਲੇ ਨੋਟ ਛਾਪਣ ਵਾਲੀ ਮਸ਼ੀਨ ਹੈ ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਤੂੰ ਵੀ ਦਰਸ਼ਨ ਕਰ, ਆ ਤੈਨੂੰ ਵੀ ਦਰਸ਼ਨ ਕਰਾਈਏ। ਤੇ ਬਾਬਾ ਜੀ ਦੁਪਹਿਰ ਦਾ ਜਦੋਂ ਥਾਲ ਲਵਾਉਂਦੇ ਆ ਨਾ ਪਰਦਾ ਖੋਲਦੇ ਆ, ਬਾਬਾ ਜੀ ਕਹਿੰਦੇ ਸਾਹਮਣੇ ਦੇਖ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਤੋਂ ਅਸੀਂ ਜੋ ਮੰਗਦੇ ਹਾਂ ਸਾਨੂੰ ਉਹੀ ਦੇਈ ਜਾਂਦੇ, ਜੋ ਮੰਗਦੇ ਆ ਸਾਨੂੰ ਸਤਿਗੁਰ ਉਹੀ ਭੇਜ ਦਿੰਦੇ ਆ। ਤੇ ਤੁਸੀਂ ਕਹਿੰਦੇ ਹੋ ਪੱਥਰ ਦੀ ਗੱਲ, ਕਹਿੰਦੇ ਸਰਦਾਰ ਜੀ ਸਰਦਾਰ ਜੀ, ਸਾਡਾ ਦਿਲ ਕਰਦਾ ਜਿੱਥੇ ਧੰਨ ਬਾਬਾ ਈਸ਼ਰ ਸਿੰਘ ਨੇ ਚਰਨ ਰੱਖੇ ਹੈ ਅਸੀਂ ਉਹ ਧਰਤੀ ਸੋਨੇ ਚ ਮੜ ਦਈਏ। ਸੋਨੇ ਫਿਰ ਪਿਤਾ ਭਰਪੂਰ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ, ਤੇ ਪਿਓ ਦੇ ਪੁੱਤਰ ਨੇ ਜਨਮ ਤੇ ਅੱਜ ਮਹਾਂਪੁਰਖ ਬਾਬਾ ਗੁਰਜੀਤ ਸਿੰਘ ਜੀ ਕਹਿੰਦੇ ਕੋ ਸੋਭਾ ਨਹੀਂ ਦੇਖਾਂਗੇ ਪ੍ਰਭਾ। ਇਹ ਕੋਈ ਮੈਂ ਮਲਾਈ ਜਾਂ ਮੱਖਣ ਨਹੀਂ ਲਾ ਰਿਹਾ ਕਿ ਉਹ ਬੱਟਰੀ ਖੇਡੀ, ਉਹ ਆਦਤ ਨਹੀਂ ਹੈ, ਪਰ ਸੱਚ ਨੂੰ ਸੱਚ ਕਹਿਣਾ ਪੈਂਦਾ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਸੇਵਾ। ਬਾਬਾ ਜੀ ਕਹਿੰਦੇ ਮੈਂ ਇੱਕ ਵਾਰੀ ਬਾਬਾ ਜੀ ਦੇ ਸਮਕਾਲੀ ਮਹਾਂਪੁਰਖ ਬਾਬਾ ਭਜਨ ਸਿੰਘ ਜੀ ਵੱਡੇ, ਉਹਨਾਂ ਕੋਲ ਇੱਕ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਬਾਬਾ ਈਸ਼ਰ ਸਿੰਘ ਜੀ ਦੇ ਗਏ ਭਾਈ ਕੁੰਦਨ ਸਿੰਘ, ਕਹਿੰਦੇ ਅੱਜ ਨਹੀਂ ਤੇ ਸਮਾਂ ਪਾ ਕੇ ਭਾਗ ਤਾਂ ਕੁੰਦਨ ਸਿੰਘ ਨੂੰ ਲੱਗਣੇ ਆ ਕਿਉਂਕਿ ਉਹਨੂੰ ਗੁਰੂ ਸਾਹਿਬ ਦੀ ਸੇਵਾ ਮਿਲ ਗਈ ਹੈ। ਤੇ ਕਹਿੰਦੇ ਬਾਬਾ ਭਜਨ ਸਿੰਘ ਵੱਡਿਆਂ ਨੇ ਉੱਥੇ ਹੀ ਗੜਵਾ ਰੱਖਦਾ ਉਹਨਾਂ ਦਾ, ਕਹਿੰਦੇ ਜੇ ਸਾਰਾ ਕੁਝ ਹੀ ਬਾਬਾ ਕੁੰਦਨ ਸਿੰਘ ਜੀ ਨੂੰ ਦੇ ਗਏ ਬਾਬਾ ਈਸ਼ਰ ਸਿੰਘ ਜੀ, ਤੇ ਮੈਂ ਤੁਹਾਡੀ ਸੇਵਾ ਕਰਕੇ ਕੀ ਲੈ ਲੂੰਗਾ। ਠੀਕ ਹੈ, ਤੇ ਤੁਹਾਨੂੰ ਬਾਬਾ ਈਸ਼ਰ ਸਿੰਘ ਜੀ ਦਾ ਇਸ਼ਾਰਾ ਬਾਬਾ ਕੁੰਦਨ ਸਿੰਘ ਜੀ ਨੂੰ ਸੀ, ਉਹ ਸੇਵਾ ਦੇ ਕੇ ਗਏ ਤੇ ਉਹੀ ਸੇਵਾ ਬਾਬਾ ਭਜਨ ਸਿੰਘ ਵੱਡਿਆਂ ਨੇ ਨਿਭਾਈ, ਬਾਬਾ ਹਰਭਜਨ ਸਿੰਘ ਛੋਟਿਆਂ ਨੇ ਨਿਭਾਈ, ਸੰਤ ਗੁਰਮੇਲ ਸਿੰਘ ਜੀ ਨੇ ਨਿਭਾਈ, ਤੇ ਪੂਰੀ ਦੂਰ ਅੰਦੇਸ਼ੀ ਨਾਲ ਪੂਰਾ ਪੇਖ ਕੇ ਪਰਖ ਕੇ ਭੋਖ ਕੇ ਉਹ ਸੇਵਾ ਸੰਤ ਬਾਬਾ ਗੁਰਜੀਤ ਸਿੰਘ ਜੀ ਨੂੰ ਬਖਸ਼ੀ ਹੈ। ਬਾਬਾ ਜੀ ਇਹਨਾਂ ਨੂੰ ਲੰਬੀਆਂ ਉਮਰਾਂ ਦੇਣ ਤੇ ਤੰਦਰੁਸਤੀ ਦੇਣ, ਇਸੇ ਤਰ੍ਹਾਂ ਭੱਜੇ ਜਾਣ ਤੇ ਭੱਜੇ ਹੋਣ ਸੇਵਾ ਕਰਦੇ, ਚੜ੍ਹਦੀਆਂ ਕਲਾਂ ਚ ਰਹਿਣ ਬਾਬਾ ਜੀ, ਇਹਨਾਂ ਤੋਂ ਤੁੱਟ ਕੇ ਬਾਬਾ ਜੀ ਸੇਵਾ ਕਰਨ।
आओ आज बंदी छोड़ दिवस है कौन सर मैनू कहते ये धारना पढ़ाओ संगत ओ बंधन कट दियो गुरु जी मेरे छेवें पातशाह जिन्होंने अकाल तख्त की सिरजना की दिल्ली के लाहौर के बादशाह को यह गल हजम नहीं आई कि साढ़े तख्त के बराबर कोई एदू भी उच्चा तख्त बना सकता छेवें पातशाह ने सौ खाधी सी जिसके पिता गुरदेव गुरु अर्जन देव जी को तत्ती तवी ते बिठा के शहीद किया सी कि मैं मेरी पीर दियां दो पैन लईयां ते मैं जालमां दी हकूमत की जड़ पट के रखांगा ते जहांगीर ने फिर सब तो भैड़ी जिहड़ी जेल सी उस वेले दी मन्नी होई जिहड़ी भी राजधानी या जिहड़े भी राज विचों सुर बागी हुंदे सी जिहड़े भी दिल्ली दे बादशाह तों बागी हुंदे सी राजे ਉਹਨਾਂ ਨੂੰ ਫੜ ਕੇ ਉੱਤੇ ਬੰਨ ਦਿੱਤਾ ਜਾਂਦਾ ਸੀ ਤੇ ਉੱਥੋਂ ਉਹ ਜੇਲ੍ਹ ਦੀ ਇਹ ਖਾਸੀਅਤ ਸੀ ਦੱਸਦੇ ਨੇ ਉਸ ਵੇਲੇ ਕਿ ਜਿਹੜਾ ਉੱਥੇ ਜਿਉਂਦਾ ਜਾਂਦਾ ਜਿਉਂਦਾ ਵਾਪਸ ਨਹੀਂ ਸੀ ਆਉਂਦਾ ਉਹਦਾ ਕੰਕਾਲ ਆਉਂਦਾ ਸੀ ਬਾਹਰ ਉੱਥੇ ਰੋਟੀ ਦੇ ਵਿੱਚ ਮਿੱਠਾ ਜ਼ਹਿਰ ਦਿੱਤਾ ਜਾਂਦਾ ਸੀ ਕੈਦੀਆਂ ਨੂੰ ਜਿਹੜੇ ਹੌਲੀ 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 ਬਹੁਤ ਭੈੜੀ ਮੌਤ ਮਾਰੇ ਜਾਂਦੇ ਸੀ ਉਸ ਜੇਲ੍ਹ ਵਿੱਚ ਬਹਾਨੇ ਕਈ ਇਤਿਹਾਸਕਾਰਾਂ ਨੇ ਕਹਿੰਦੇ ਸਾੜ ਸਤੀ ਚੱਲਦੀ ਹੈ ਕੋਈ ਪੂਰਨਾਂ ਕੋ ਤੁਹਾਡੇ ਲਈ 40 ਦਿਨ ਜਾਪ ਕਰੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਅਸਲੀ ਕਾਰਨ ਇਹ ਸੀ ਕਿ ਮਹਾਰਾਜ ਤੋਂ ਈਰਖਾ ਕਰਦੇ ਸੀ ਤੇ ਫਿਰ ਮਹਾਰਾਜ ਨੂੰ ਉੱਥੇ ਬੰਦੀ ਬਣਾਇਆ ਤੇ ਉਹ ਬੰਦੀ ਕਿੰਨਾ ਚਿਰ ਬਣਾਇਆ ਕਈ ਢਾਈ ਸਾਲ ਦੱਸਦੇ ਕਈ 6 ਸਾਲ ਦੱਸਦੇ ਕਈ 12 ਸਾਲ ਦੱਸਦੇ ਤੇ ਇੱਧਰ ਪੰਜਾਬ ਦੀ ਸੰਗਤ ਤੜਪ ਉੱਠੀ ਕਿ ਕਿਤੇ ਪੰਜਵੇਂ ਪਾਤਸ਼ਾਹ ਨੂੰ 6ਵੇਂ ਪਾਤਸ਼ਾਹ ਨੂੰ ਵੀ ਸ਼ਹੀਦ ਨਾ ਕਰ ਦੇਣ ਫਿਰ ਧੰਨ ਬਾਬਾ ਬੁੱਢਾ ਸਾਹਿਬ ਸਾਈਂ ਮੀਆਂ ਮੀਰ ਜੀ ਨੂੰ ਮਿਲਦੇ ਆ ਜਿਹੜੇ ਸਾਈਂ ਜੀ ਨੇ ਨੀਂਹ ਰੱਖੀ ਸੀ ਹਰਿਮੰਦਰ ਸਾਹਿਬ ਇਮਾਮ ਪੁੱਛੋ ਜਹਾਂਗੀਰ ਬਾਦਸ਼ਾਹ ਨੂੰ ਤੁਸੀਂ ਸਮਝਾਓ ਜਹਾਂਗੀਰ ਬਾਦਸ਼ਾਹ ਬਿਮਾਰ ਹੋਣ ਲੱਗ ਪਿਆ ਦਿਨੋ ਦਿਨ ਮੰਜੇ ਤੇ ਪੈ ਗਿਆ ਬੜੇ ਹਮੈਦ ਹਕੀਮ ਬੁਲਾਏ ਕਹਿੰਦੇ ਕੋਈ ਇਲਾਜ ਨਹੀਂ ਹੋ ਰਿਹਾ ਕੋਈ ਦਵਾਈ ਨਹੀਂ ਚੱਲਦੀ ਸਾਈਂ ਮੀਆਂ ਪੀਰ ਜੀ ਆਏ ਲਾਹੌਰ ਤੋਂ ਚੱਕ ਕੇ ਆਏ ਦਿੱਲੀ ਆ ਕੇ ਕਹਿੰਦੇ ਬਾਦਸ਼ਾਹ ਤੇਰਾ ਆਰਾਮ ਨਹੀਂ ਆ ਸਕਦਾ ਕਹਿੰਦਾ ਜੀ ਕਾਰਨ ਕਹਿੰਦੇ ਕਿਸੇ ਰੱਬ ਦੇ ਪਿਆਰੇ ਮਹਾਂਪੁਰਖ ਨੂੰ ਤੂੰ ਦੁੱਖ ਦੇ ਰਿਹਾ ਉਹ ਦੁੱਖ ਦੇਣ ਦੇ ਬਦਲੇ ਤੈਨੂੰ ਆਹ ਦੁੱਖ ਮਿਲ ਰਿਹਾ ਆਹ ਇਹ ਸੰਤਾਪ ਤੈਨੂੰ ਤਾਂ ਭੋਗਣਾ ਪੈ ਰਿਹਾ ਤੇ ਕਹਿੰਦੇ ਵਜ਼ੀਰ ਖਾਂ ਵੀ ਨਾਲ ਸੀ ਜਿਹਨੂੰ ਜਲੋਦਰ ਦਾ ਰੋਗ ਸੀ ਜਿਹੜਾ ਸੁਖਮਨੀ ਸਾਹਿਬ ਪੜ੍ਹਦਾ ਸੀ ਆਰਾਮ ਆਇਆ ਸੀ ਇਤਿਹਾਸ ਲੰਮਾ ਉਹਨੇ ਵੀ ਫਿਰ ਜਹਾਂਗੀਰ ਬਾਦਸ਼ਾਹ ਮੱਥਾ ਲਾਉਣਾ ਇਹ ਕੋਈ ਚੰਗੀ ਗੱਲ ਨਹੀਂ ਪੜ੍ਹਦੇ ਹੁੰਦੇ ਆ ਨਾ ਆਪਾਂ ਪੜ੍ਹਿਓ ਫਿਰ ਛੇਤੀ ਸਮਾਪਤੀ ਕਰਨੀ
फिर कहते जहांगीर बादशाह ने उतो चिट्ठी भेजी हुकुम कि छेती तो छेती ग्वालियर के किले तो छेवें पातशाह नु रिहा कर दियो। कहते जो छेवें पातशाह को ले हुकुम पहुंचया ते महाराज ने सुनाया कि रिहाई दी आर्डर आ गए। ते कहते 52 राजे हाथ जोड़ के खलो गए, सच्चे पातशाह जदों दे तुसी आए हो सानू लंगर मिल लग गया इत्थे, जदों दे तुसी आए हो सानू सवेरे शाम सत्संगत साडी मौत दा डर दूर हो गया तुहानू मिल के। ते सच्चे पातशाह जां तां तुसी भी रह जाओ जां सानू भी नाल लै जाओ, सानू छड के ना जाए हुण सच्चे पातशाह। असी ऊं तां भावें मरना ही है पर असी थोड़े विछोड़े च ही मर जाना, इतना प्यार पै गया जी महाराज। क्योंकि जिहड़ा उत्थों दा दरोगा सी ना हरिदास जेलर जेल सुपरिटेंडेंट, ओह छेवें पातशाह दा सिख बन गया सी ते ओह सारिआं नूं लंगर छकाउंदा सी। ते हुण महाराज चले सी ते 52 राजे खड़ गए ते छेवें पातशाह ने फिर वचन कीता, कहिंदे जां तां तुहानूं नाल लै के जावांगे आप भी इतनी रह जाएंगे। देखो सूरवीर बचन के बली चिट्ठी पे इतनी कहते असी नहीं आना जाता इन्ना नहीं छड़ा। और फिर जहांगीर ने कहा कि हुण की करिए, ता बाकी राजे है ता साडे खिलाफ खड़े हुंदे है किवें करिए। ते किसे ने मत दित्ती, कहिंदे तुसी कह दिओ कि चोला बना लो ते चोले दीआं कलियां फड़ के जिन्ने क जांदे है दूर दूर तक कलियां दी लड़ियां ने, कली दे नाल इतना रस्सियां पाईयां ने ते 52 दे 52 राजे खड़े है कली 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 फड़ के। ਛੇਵੇਂ ਪਾਤਸ਼ਾਹ ਫਿਰ ਕਿਲੇ ਤੋਂ ਇਉਂ ਬਾਹਰ ਆ ਰਹੇ 52 ਰਾਜਿਆਂ ਨੂੰ ਰਿਹਾ ਕਰਨਾ, ਤਾਂ ਹੀ ਫਿਰ ਪੜਿਆ ਜਾਂਦਾ ਹੈ ਨਿਰੰਕਾਰ ਦੇ ਘਰੋਂ
धन गुरु ग्रंथ साहब महाराज के चरणों चो खुशियां लेके ही साड़िया झोलियां भर पाए महापुरुष मालक हैं खुशियां बख्शते रहने से तरह बाबा जी उन्होंने तो तकड़े होकर सेवा करो जिमें छेवें पातशाह ने 49 राजा के बंधन कटे यही अरदास है कि महाराज साडे भी बंधन कटे जा जेडे काम क्रोध लोभ मोह हंकार के बंधन पे है जेडे पिछे कारण के बंधन पे है झूठ निंदा ईर्खा द्वेष के बंधन पे है महाराज साडे भी ये बंधन कटे जा सतगुर सिख के बंधन काटे गुर का सिख बेकार के हटे पंजवें पातशाह संगत बोलती महाराज जिन्हें बंधन कटे उसकी निशानी की है महाराज कहते हैं गुरु का सिख विकार से हट जेड़ा सिख विकारा तो विषय विकारा तो मुंह मुड़ जू समझ लो महाराज ये बंधन कट देते ते महाराज सब दे बंधन कट लाख खुशियां पातशाहियां जे सतगुरु बहुत खुशियां कितने झूले लवाए बाबा जी ने बच्चों ने ओ पंछी लिया ले रखे वेखो किन्ने प्यारे किते बाल लग्या होया इको ब्रांड उन्हां ने लाया किते स्कूल चल रहे थे उन्हां सुख सागर गुर सागर किन्ने स्थानां दी सेवा जिथे जिथे बाबा जी नूं संगत बेनती करदी है जी आओ भाई करो सेवा नाल तुर पैंदे है ते महाराज ने बड़ी कृपा कीती है दास बाबा जी जी प्रीत अच्छा लाइव करने वाला सी ना कि संगत जुड़ी है बाबा जी हो रहा लाइव भी चल रहा है रिकॉर्डिंग हो गई अच्छा जयकारा लाओ फिर एक आप जुल्फा मगर पै गई कहना दो लाइना पढ़ी चलो भी खुशियां जी बाबा जी की जन्म मंगुना
Oh,
वालों दास वालों क्योंकि इको ही घर है बाबा जी का बाग है असि कोई वक् नहीं बाबा जी के चरणा च ही हाँ चरणा च ही रखियो महापुरुषो इस तरह जोड़ी रखियो बड़ी खुशी हुई अज दिन जो बाबा जी का फोन आया बाबा गुरजीत सिंह जी का कहते भी शाम को झोलना अपना दिवाली से है दबदबा साहब पहला कह लगे भी कोई रुझेव आता नहीं मैं क्या मेरे जेमे हो ना हो जो हुक्म तो आ गया एक कोट आनंद राज सुख पाए मुक्त मिनुख बुलाए करोड़ा आनंद करोड़ा राज भोगन जिना रस मिल जाता आनंद मिल जाता है जो कोई महापुरुख आवाज मार के बुला एडी कृपा होती है जिन्हों महापुरुख आवाज मार के सदन भी तू भी आ जी तू भी आ जी महाराज कहते कोट आनंद राज सुख पाए मुक्त निमुख बुलाए इना ना तो भाई हरबंस सिंह जी जुगादरी वालिया के मुद्दे आए हुए है इन्होंने भी हाजरी भरती सी पर होर भी जत्थे बहुत है जे हुण सारिआं नूं टाइम दित्ता ते जे इन्हां नूं दित्ता ते तीन जत्थे होर बैठे उन्होंने भी कहना है तो सारिआं दी हाजरी समुचे तौर ते दास नहीं लवाती है कली कली दी हाजरी होनी औखी है समुचे तौर पर सब जी आओ आप जी ने हजूर अरदास बेनती है
तो गुरु
ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਸਤਿਗੁਰੂ ਨੇ ਮੋਹਰ ਲਾਈ ਹੈ ਅੱਜ ਦੇ ਸਮਾਗਮ ਤੇ, ਖੁਸ਼ੀਆਂ ਦਿੱਤੀਆਂ ਆਪਾਂ ਨੂੰ। ਗੁਰੂ ਸਾਹਿਬ ਨੇ ਫੁੱਲ ਕਿਰਪਾ ਕੀਤੀ ਹੈ, ਚਾ ਮਨਾਇਆ। ਮਹਾਰਾਜ ਕਹਿੰਦੇ ਕਿ ਇਹ ਚਾ ਮਨਾਇਆ ਤੁਸੀਂ, ਇਹ ਮਹਾਂਪੁਰਖਾਂ ਦੇ ਮਨ ਚ ਵਰਨਾ ਦੇਖੋ ਕਿੰਨਾ ਪਿਆਰਾ ਆਇਆ, ਤੇ ਗੁਰੂ ਸਾਹਿਬ ਮੋਹਰ ਲਾ ਰਹੇ ਹੈ। ਆਤਿਸ਼ਬਾਜ਼ੀ ਦਾ ਪ੍ਰੋਗਰਾਮ ਰੱਖਿਆ ਬਾਬਾ ਜੀ ਨੇ, ਚੜ੍ਹਦੀ ਕਲਾ ਦੇ ਨਾਲ ਖੁਸ਼ੀਆਂ ਮਨਾਓ, ਅੰਦਰ ਚੜ੍ਹੇ ਖੁਸ਼ੀਆਂ ਦੇ ਦੀਵੇ ਸਾਰੇ ਜਗਦੇ। ਚਲੋ
ਹੈ।